ਸਾਰੇ ਵੀਰਾਂ ਨੂੰ ਜੀ, ਸੁਖਦਰ ਜੀ ਮੱਲਾਂ ਵਾਲਾ ਜੀ, ਜੋ ਆਪਾਂ ਨੂੰ ਪਤਾ ਜੀ ਕਣਕਾਂ ਪੱਕ ਚੁੱਕੀਆਂ ਜੀ, ਤੁਸੀਂ ਦੇਖ ਰਹੇ ਹਾਂ ਵੀਰ ਜੀ, ਸਾਰਿਆਂ ਨੂੰ ਪਤਾ ਵਾ ਵੀ ਜੋ ਕਾਫੀ ਘਟਨਾ ਅੱਗੇ ਪਿੱਛੇ ਵਾਪਰ ਗਿਆ ਸੀ, ਜਿਵੇਂ ਅੱਗ ਲੱਗ ਜਾਣੀ ਆ, ਕਿਵੇਂ ਟਰਾਂਸਫਾਰਮਰ ਤੋਂ ਥੱਲੇ ਕਣਕ ਹੁੰਦੀ ਆ ਅਤੇ ਉਹਦੇ ਕਾਰਨ ਜਾਂ ਚੰਗਿਆੜੀ ਡਿੱਗਦੀ ਆ ਅਤੇ ਅੱਗ ਲੱਗ ਜਾਂਦੀ ਆ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਟਰਾਂਸਫਾਰਮਰ ਥੱਲਿਓਂ ਥਾਂ ਵਿਹਲਾ ਕਰ ਦਿਓ ਤਾਂ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਸਕੇ, ਹੋ ਸਕੇ ਅਤੇ ਟਰਾਂਸਫਾਰਮਰ ਦੇ ਸੁੱਚ ਵੀ ਕੱਟ ਦਿਓ, ਤਾਂ ਕਿ ਅੱਗੇ ਆਪਾਂ ਵੇਖਿਆ ਸੀ ਕੋਈ ਗਰੀਬ ਹੁੰਦਾ ਵਾ, ਜਿਵੇਂ ਕਿ ਠੇਕੇ 'ਤੇ ਜ਼ਮੀਨ ਕਿਸੇ ਵੀਰ ਨੇ ਲਈ ਹੁੰਦੀ ਆ, ਕਿਸੇ ਵੀਰ ਨੇ ਆਪਦਾ ਪਤਾ ਨਹੀਂ ਦੋ ਚਾਰ ਵਾਹ ਕਿੱਲਿਆਂ ਦਾ ਵਾਹਣ ਹੁੰਦਾ, ਪਤਾ ਨਹੀਂ ਕਿਵੇਂ ਫਸਲ ਪਾਲਦਾ, ਬਹੁਤ ਔਖਾ ਹੋ ਜਾਂਦਾ ਵਾ। ਉਹ ਸਾਰੇ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਕਿਵੇਂ ਆਹ ਸੋਚਿਆ ਵੀ ਬਾਈ ਆ ਵੇਖਿਓ ਸੋਚ, ਆਹ ਸੋਚ ਲੱਗਾ ਹੋਇਆ ਵਾ, ਇਹਨਾਂ ਸੋਚਾਂ ਨੂੰ ਨਾ ਲੱਗਾ ਰਹਿਣ ਦਿਓ, ਹੁਣ ਆਹ ਸੋਚ ਕੱਟ ਕੇ ਰੱਖੋ। ਅਤੇ ਜਿਹੜੇ ਮੇਰੇ ਵੀਰ ਬੀੜੀ ਦਾ ਜਾਂ ਸਿਗਰਟ ਦਾ ਕਰਦੇ ਆ ਇਸਤੇਮਾਲ, ਜਾਂ ਡਰਾਈਵਰ ਜਾਂ ਕੋਈ ਵੀ, ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਆਪਾਂ ਪਹਿਲੀ ਗੱਲ ਤਾਂ ਨਾ ਹੀ ਪੀਆ, ਸਿਹਤ ਲਈ ਹਾਨੀਕਾਰਕ ਆ, ਦੂਜੀ ਗੱਲ ਜੇ ਪੀਣੀ ਵੀ ਆ ਉਹਨੂੰ ਪੈਰ ਮਾਰ ਕੇ ਉਦੋਂ ਹੀ ਭਜਾਓ ਜਦੋਂ ਤੁਸੀਂ ਪੀ ਕੇ ਸੱਟਦੇ ਆ। ਆਹ ਨਾ ਵੀ ਆਪਾਂ ਪੀਤੀ ਅਤੇ ਐਂ ਮਾਰੀ ਚਲਾ ਗਏ, ਆਹ ਬਹੁਤ ਮਾੜੀ ਗੱਲ ਆ, ਕਿਉਂਕਿ ਇੱਕ ਨਿੱਕੀ ਜਿਹੀ ਚੰਗਿਆੜੀ ਜਿਹੜੀ ਆ ਨਾ, ਇੱਕ ਨਿੱਕੀ ਜਿਹੀ ਚੰਗਿਆੜੀ ਲੱਖਾਂ ਰੁਪਈਆਂ ਦਾ ਜ਼ਿਮੀਂਦਾਰਾਂ ਦਾ ਨੁਕਸਾਨ ਕਰਕੇ ਜਾ ਸਕਦੀ ਆ। ਇਸ ਕਰਕੇ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਟਰਾਂਸਫਾਰਮਰ ਦੇ ਸੁੱਚ ਕੱਟ ਦਿਓ, ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਬੀੜੀ ਸਿਗਰਟ ਪੀਂਦੇ ਵੀ ਆਪਾਂ ਉਹਨੂੰ ਪੈਰ ਮਾਰ ਕੇ ਭਜਾਈਏ, ਤਾਂ ਕਿ ਹੁਣ ਹਨੇਰੀਆਂ ਵੀ ਆਉਣੀਆਂ ਵਾ, ਹਨੇਰੀਆਂ ਨਾਲ ਵੀ ਕਈ ਵਾਰ ਆਪਣੇ ਚੁੱਲ੍ਹਿਆਂ 'ਤੇ ਕਿਤੇ ਅੱਗ ਬਲਦੀ ਹੁੰਦੀ ਆ, ਉਹਨੂੰ ਕੋਸ਼ਿਸ਼ ਕਰੋ ਭਜਾ ਕੇ ਰੱਖੀਏ, ਤਾਂ ਕਿ ਕਿਸੇ ਕਿਸਾਨ ਵੀਰ ਦਾ ਨੁਕਸਾਨ ਨਾ ਹੋ ਸਕੇ। ਅੱਗੇ ਬਹੁਤ ਨੁਕਸਾਨ ਹੋਏ ਆ, ਤਾਂ ਮਹਾਂ ਇਹ ਜ਼ਿਮੀਦਾਰ ਹੁਣ ਫਿਰ ਦੁਬਾਰਾ ਆਪਦੇ ਹੌਸਲੇ ਨਾਲ ਫਸਲ ਬੀਜੀ ਆ, ਕਿਉਂਕਿ ਅਰਕੀ ਦਰਿਆ ਨੇ ਬਹੁਤ ਨੁਕਸਾਨ ਕੀਤਾ ਸੀ। ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਮੇਰੇ ਵੀਰ, ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਆਪਾਂ ਟਰਾਂਸਫਾਰਮਰ ਸੁੱਚ ਕੱਟ ਕੇ ਰੱਖੀਏ, ਬਿਜਲੀ ਦਾ ਜਿੰਨੇ ਵੀ ਟਰਾਂਸਫਾਰਮਰ ਉਹਨਾਂ ਥੱਲਿਓਂ ਆਪਾਂ ਕਣਕ ਵੱਢ ਕੇ ਵਧੀਆ ਜਗ੍ਹਾ ਬਣਾ ਦਈਏ, ਕਿਉਂਕਿ ਅਸੀਂ ਕਾਫੀ ਅਸੀਂ ਵੇਖੇ ਆ ਜਿਨ੍ਹਾਂ ਵਿੱਚ ਥੱਲੇ ਅਜੇ ਵੀ ਕਣਕ ਖੜੀ ਆ, ਕਣਕ ਐਨ ਪੱਕੀ ਚੁੱਕੀ ਆ, ਲਾਲ ਹੋ ਚੁੱਕੀ ਆ। ਮੇਰੇ ਵੀਰ ਇੰਨੀ ਕੁ ਬੇਨਤੀ ਪ੍ਰਮਾਣ ਕਰਿਓ ਜੀ, ਧੰਨਵਾਦ ਜੀ, ਸੁਖਦਰ ਜੀ ਮੱਲਾਂ ਵਾਲਾ ਜੀ।